ਸਾਂਝਾ ਦੁਨੀਆ ਨੂੰ ਗੰਜਾ ਖੇਡੀ ਆ ਤੇ ਮੇਰਾ ਤੇ ਮਾਹੀ ਤੁਰਲੇ ਵਾਲਾ ਵੀ ਆ ਗੰਜਾ ਮੰਜਾ ਕੌਣ ਭਾਬੀ ਦੀਵਾ ਦੇਗਾ ਐਨ ਕਹਿੰਦੇ ਗੱਜੇ ਨੇ ਵਾਲਾ ਖੋਣੇ ਗੰਜੇ ਨੇ ਇਸ ਵੇਲੇ ਕਹਿੰਦੇ ਖੇਡ ਮੈਦਾਨ ਵਿੱਚ ਗੱਜਾ ਬੋਲਿਆ ਪਾਵੇਗਾ ਤੇ ਸਾਹਮਣਾ ਕਾਰਤਿਕ ਕਰੇਗਾ ਮੇਰੇ ਵੀਰੋ ਆ ਜੀ ਅੰਪਾਇਰ ਆਪਾਂ ਵੀਰ ਅੰਪਾਇਰ 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 ਜ਼ਰੂਰ ਆਵਾਂਗੇ ਜੀ ਅੰਪਾਇਰ ਵੀਰ ਆਪਣੀ ਸੇਵਾ ਸਵਾਲਰ ਪ੍ਰਬੰਧਕ ਵੀਰਾਂ ਨੂੰ ਬੇਨਤੀ ਹੈ ਕਿ ਦੋ ਅੰਪਾਇਰ ਆਪਾਂ ਜ਼ਰੂਰ ਭੇਜੀ ਜਲਦੀ ਦੇ ਨਾਲ ਦੋ ਅੰਪਾਇਰ ਆਉਣਗੇ ਵੀ ਜਲਦੀ ਦੇ ਨਾਲ ਦੋ ਅੰਪਾਇਰ ਆਪਣੀ ਸੇਵਾ ਸੰਭਾਲਣਗੇ ਬੇਨਤੀ ਕਰਦਾ ਜੀ ਦੋ ਅੰਪਾਇਰ ਆਪਣੇ ਆਉਣਗੇ ਜੀ ਅੰਪਾਇਰਾਂ ਤੋਂ ਬਿਨਾਂ ਆਪਣਾ ਫੈਸਲਾ ਨਹੀਂ ਹੋਣਾ ਹਾਂਜੀ ਇੱਕ ਪਾਸੇ ਸਾਡਾ ਵੀਰ ਦੀਪਕ ਜੱਸੀਆਂ ਵਾਲਾ ਉਹਨੇ ਤਾਂ ਆਪਣੀ ਸੇਵਾ ਸੰਭਾਲ ਲਈ ਆ ਧੰਨਵਾਦ ਹੈ ਦੀਪਕ ਵੀਰੇ ਦੂਜੇ ਪਾਸੇ ਦੀ ਰਿਸ਼ੀ ਨੂੰ ਬੁਲਾ ਕੇ ਰਿਸ਼ੀ ਕਿੱਥੇ ਆ ਰਿਸ਼ੀ ਆ ਰਿਹਾ ਪੈਰਿੰਗ ਤੇ ਸਟੇਰ ਅੰਦਰ ਆ ਭੱਜ ਕੇ ਭੱਜ ਕੇ ਲਾਉ ਸਾਹਮਣੇ ਖੇਡ ਦੇ ਮੈਦਾਨ ਚ ਬੜਾ ਤਕੜਾ ਮੈਚ ਸ਼ੁਰੂ ਹੋਣ ਲੱਗਿਆ ਦੋਨੇ ਅੰਪਾਇਰ ਸਾਡੇ ਵੀਰ ਧੰਨਵਾਦ ਹੈ ਰਿਸ਼ੀ ਆ ਸਾਡਾ ਵੀਰ ਨਾਲ ਦੀਪਕ ਆ ਜੱਸੀਆਂ ਵਾਲਾ ਕਾਸਟ ਜਿਹੜਾ ਪ੍ਰਮੋਟਰ ਆ ਸਾਡਾ ਵੀਰ ਤੇ ਆਏ ਸਾਲ ਕਹਿੰਦੇ ਮਾਰਚ ਦੇ ਮਹੀਨੇ ਵਿੱਚ 1 ਲੱਖ ਰੁਪਏ ਦਾ ਕੰਮ ਖੇਡਿਆ ਜਾਣਾ ਔਰ ਜੱਸੀਆਂ ਦੀ ਭਰਤੀ ਦੇ ਕਹਿੰਦੇ ਬਹੁਤ ਵੱਡਾ ਕੰਮ ਹੋਣਾ ਹੈ ਯਾਰ ਸਾਡੇ ਏਰੀਆ ਦਾ ਸਭ ਤੋਂ ਵੱਡਾ ਕੰਮ ਮੰਨਿਆ ਜਾਣਾ ਤੇ ਭਰਾ ਸਾਡੇ ਕਹਿੰਦੇ ਵੱਡੇ ਸੱਦੇ ਲਾ ਰਹੇ ਆ ਔਰ ਕਹਿੰਦੇ ਉੱਥੇ ਵੀ ਕਹਿੰਦੇ ਐਨ ਗੱਲਾਂ ਟਕਾਣੇ ਕੇ ਲੱਗਣੀਆਂ ਲਾਉ ਜੀ ਸਾਹਮਣੇ ਖੇਡ ਦੇ ਮੈਦਾਨ ਤੇ ਪਹਿਲੀ ਬਾਲ ਖੰਜੇ ਦੀ ਤੇ ਕਾਰਤਿਕ ਨੇ ਸਾਹਮਣਾ ਕਰਨਾ ਪਾਉਣ ਦੀ ਪਿਆਰ ਪਰ ਪਿਆਰ ਆ ਇੱਕ ਪਾਸੇ ਮਿਹਰਬਾਨ ਦੀ ਟੀਮ ਆ ਦੂਜੇ ਪਾਸੇ ਟੀਮ ਜਿਹੜੀ ਮੋਦੀ ਨਗਰ ਦੀ ਪਹਿਲੀ ਬਾਲ ਹਾਏ ਰੱਬਾ ਸ਼ਰਮਾ ਕਹਿ ਦੇ ਆ ਕੈਚ ਨਹੀਂ ਮੈਂ ਛੱਡਦਾ ਸਾਹਮਣਾ ਕਰਨਾ ਹੈ ਖੇਡ ਮੈਦਾਨ ਚ ਸ਼ੁਭਮ ਮੇਰੇ ਵੀਰੋ ਸਾਹਮਣਾ ਕਰਨ ਲਈ ਤਿਆਰ ਹੋ ਤਿਆਰ ਹੈ ਔਰ ਇਸ ਵੇਲੇ ਸਾਹਮਣੇ ਨੌਜਵਾਨ ਕਿੱਧਰ ਖੱਬੇ ਹੱਥ ਦਾ ਖਿਲਾੜੀ ਪਿਛਲੇ ਮੈਚ ਨੇ ਪਰ ਦੇਖਿਆ ਵੀ ਖੱਬਿਆਂ ਨੇ ਬੜੇ ਪੈਰ ਧੁੱਖੀ ਕੱਢੀ ਆ ਆਹ ਖੱਬਾ ਵੀ ਕਹਿੰਦੇ ਮੇਰੇ ਵੀ ਪੈਰ ਕੱਪਾ ਕਿ ਦੁਨੀਆ ਕਹਿੰਦੇ ਖੱਬੇ ਤੇ ਬੜੇ ਕੱਪੇ ਹੁੰਦੇ ਆ ਤੂੰ ਸਨੀ ਨੂੰ ਮੈਂ ਪਿਛਲੇ ਮੈਚ ਤੇ ਦੇਖਿਆ ਲਾਉ ਸਾਹਮਣੇ ਕਹਿੰਦੇ ਸਾਹਮਣੇ ਇਸ ਵੇਲੇ ਸ਼ੁਭਮ ਖੱਬੇ ਹੱਥ ਦਾ ਖਿਲਾੜੀ ਸਾਹਮਣੇ ਕਰੇਗਾ ਲਾ ਜੀ ਤੂੰ ਸਾਹਮਣਾ ਲੈ ਕੇ ਜਲਦੀ ਨਾਲ ਬੋਲਾਂ ਭਾਜੋ ਬੱਜੇ ਬਈ ਜਲਦੀ ਨਾਲ ਪੱਜੀ ਬਾਲ ਤੇ ਸ਼ੁਭਮ ਸਾਹਮਣਾ ਕਰੇਗਾ ਉਹ ਦੇਖਾਂਗੇ ਕਿ ਰੰਬੇ ਬਾਦੋ ਜਿਹੜੇ ਜ਼ਰੂਰ ਯਕੀਨ ਤੌਰ ਤੇ ਮੇਰੇ ਹੋਣਗੇ ਇੱਥੇ ਕਹਿੰਦੇ ਸਿੱਖ ਸਰਦਾਰ ਮੁੰਡਾ ਸਾਹਮਣੇ ਸੋਹਣੀ ਫੀਲਡ ਕਰ ਗਿਆ ਮੇਰੇ ਵੀਰੋ ਇਸ ਵੇਲੇ ਉੱਧਰ ਯਾਦਗਰੀ ਪੱਲਾ ਨੂੰ ਕੈਮਰੇ 'ਚ ਕੈਦ ਕੀਤਾ ਜਾ ਰਿਹਾ ਵੱਡੀ ਮੁਬਾਰਕਬਾਦ ਹੈ ਜੇਤੂ ਟੀਮਾਂ ਨੂੰ ਔਰ ਸਾਰੀ ਪ੍ਰਬੰਧਕ ਕਮੇਟੀ ਨੂੰ ਵੱਡੀ ਮੁਬਾਰਕਬਾਦ ਹੈ ਜਿਨ੍ਹਾਂ ਨੇ ਅੱਜ ਟੂਰਨਾਮੈਂਟ ਕਰਾ ਕੇ 4 ਜਣ ਲਾ ਦਿੱਤਾ ਤੇ ਟੂਰਨਾਮੈਂਟ ਅੱਜ ਭਾਰ ਸ਼ੋਭਾ ਤੇ ਮੇਲਾ ਹੈ ਔਰ ਖੇਡ ਦੇ ਮੈਦਾਨ ਦੇ ਵਿੱਚ ਜਿਹਨਾਂ ਟੀਮਾਂ ਖੇਡ ਰਹੀਆਂ ਤੇ ਖੇਡ ਮੈਦਾਨ ਵਿੱਚ ਪਹਿਲੀ ਫੁੱਟਬਾਲ ਦੇ ਮੁੰਡਾ ਸਾਹਮਣਾ ਕਰਦਾ ਉਹ ਭੱਲੇ ਗੰਜਾ ਮੇਰੇ ਵੀਰੇ ਗੰਜਾ ਕਹਿਣ ਨੂੰ ਗੰਜਾ ਪਰ ਬੜਾ ਤਿੱਖਾ ਮੇਰੇ ਵੀਰੋ ਕਹਿੰਦੇ ਖੇਡ ਮੈਦਾਨ 'ਚ ਬਾਲ ਸੋਹਣੀ ਪਾ ਦਿੱਤੀ ਹੈ ਇਸ ਵੇਲੇ ਲਾਓ ਵੀ ਰਾਜ ਭਾਈ ਨੇ ਐਲਾਨ ਕਰ ਰਾਜ ਮਲਿਕ ਭਾਈ ਕਹਿੰਦੇ ਵਿਕਟ 200 ਦੀਆਂ ਗੰਜਾ ਤੇਰੀ 200 ਦੀ ਵਿਕਟ ਆ 200 ਦੀ ਵਿਕਟ ਰੁਪੀ ਮੈਡਮ ਜਿਵੇਂ ਫਰੇ ਕਹਿੰਦੇ ਹਾਲੇ ਹੌਲੀ ਹੌਲੀ ਇੰਗਣ ਗਰਮ ਹੋਣਾ ਹੌਲੀ ਹੌਲੀ ਇੰਗਣ ਗਰਮ ਹੋਣਾ ਗੱਲ ਪੱਕੀ ਆ ਔਰ ਖੇਡ ਦੇ ਮੈਦਾਨ 'ਚ ਪਹਿਲੀ ਫੁੱਟਬਾਲ ਤੇ ਵਿਕਟ 200 ਦੀ ਹੋਣੀ ਮੇਰੇ ਵੀਰੇ ਤੇ ਕਰਾਂ ਦੇ ਵੱਧ ਜਿਹੜੇ ਯਕੀਨ ਪਾਉਣ ਤੇ ਜ਼ੋਰ ਦਿੱਤਾ ਮੁੰਡੇ ਨੇ ਵੀ ਭੱਜ ਤੇ ਨੂੰ ਐਨ ਇੱਕ ਰਨ ਦੇ ਵਾਧੇ ਕਰਦਾ ਮੇਰੇ ਵੀਰੋ ਇੱਕ ਰਨ ਦੇ ਵਾਧੇ ਉੱਧਰ ਟੀਮ ਦੇ ਲਈ ਮੁੰਡਾ ਜ਼ੋਰ ਰਹੇਗਾ ਲਾਵੀ ਸ਼ੁਭਮ ਸਾਹਮਣੇ ਆ ਗਿਆ ਮੁੰਡੇ ਨੇ ਭਾਵੇਂ ਬਾਲ ਇੱਕ ਖੇਡੀ ਆ ਪਰ ਮੈਂ ਤੈਨੂੰ ਦੱਸਿਆ ਵੀ ਆਹ ਖੱਬੇ ਹੱਥ ਦੇ ਖਿਡਾਰੀ ਨੇ ਕੁਝ ਜ਼ਰੂਰ ਕਰਨਾ ਇਹਨੇ ਕੁਝ ਨਾ ਕੁਝ ਜ਼ਰੂਰ ਕਰਨਾ ਇਹਨੇ ਕੱਲੇ ਕੱਲੇ ਦੇ ਝੱਗੇ ਨਾਪਾ ਜ਼ਰੂਰ ਲੈਣਾ ਗੱਲ ਪੱਕੀ ਆ ਇਹ ਗੱਲ ਪੱਕੀ ਆ ਪੈਂਦੀ ਹੋਈ ਬਾਅਦ ਤੇ ਮੁੰਡਾ ਟਰਾਈ ਕਰਦਾ ਮੇਰੇ ਵੀਰੋ ਇੱਥੇ ਇੱਕ ਰਨ ਦੇ ਨਾਲ ਰੁਕਣਾ ਪਵੇ ਇੱਕ ਰਨ ਦੇ ਨਾਲ ਇੱਕ ਰਨ ਮੁੰਡੇ ਨੇ ਆਪਣੀ ਟੀਮ ਨੂੰ ਜ਼ੋਰ ਦਿੱਤਾ ਲਾਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਦੱਸਿਓ ਬਈ ਜੀ ਕਿੰਨੀਆਂ ਰਹਿਗੀਆਂ ਬੋਲਾਂ ਇੱਕ ਓਵਰ ਦੀ ਇੱਕ ਬਾਲ ਬਾਕੀ ਹੈ ਮਿੱਤਰਾ ਲਾ ਵੀ ਇੱਕ ਬਾਲ ਬਾਕੀ ਹੈ ਵੀ ਮੁੰਡਾ ਪਾਉਣ ਦੀ ਤਿਆਰ ਗੱਜਾ ਮੇਰੇ ਵੀਰੋ ਤਿਆਰ ਹੋ ਤਿਆਰ ਹੈ ਐਨ ਕਹਿੰਦੇ ਮੈਚ ਬੜਾ ਸੁਰੇਗਾ ਦੋਨਾਂ ਟੀਮਾਂ ਦੇ ਦਰਮਿਆਨ ਜਿਹੜਾ ਖੇਡਿਆ ਜਾ ਰਿਹਾ ਵੀ ਖੇਡ ਦੇ ਮੈਦਾਨ ਵਿੱਚ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਆ ਟੀਮਾਂ ਦੋਨੋ ਚੰਗੀਆਂ ਟੀਮਾਂ ਦੋਨੋ ਚੰਗੀਆਂ ਬੱਲੇ 4 ਰਨਾਂ ਨਾਲ ਓਵਰ ਦੀ ਸਮਾਪਤੀ ਧਰਤੀ ਦਾ ਮੇਰੇ ਵੀਰੋ ਸੱਤੋਵਾਲ ਦੇ ਕੱਪ ਦੇ ਇੱਕ ਕਹਿੰਦੇ ਮੋਟਰਸਾਈਕਲ ਦੇ ਨਾਲ ਸਨਮਾਨ ਕੀਤਾ ਗਿਆ ਗੱਭਰੂ ਦਾ ਸਾਹਮਣੇ ਕਹਿੰਦੇ ਮੇਰੇ ਵੀਰੋ ਉਸ ਖੇਡ ਮੈਦਾਨ ਦੇ ਵਿੱਚ ਨੱਪਾ ਸੱਤੋਵਾਲ ਦੀ ਸਿੱਖ ਸਰਦਾਰ ਗੱਭਰੂ ਮੇਰੇ ਗੁਰੂ ਦਾ ਖਾਲਸਾ
इस वे कोला पाउन भी प्यार दर प्यार है एन मुंडे ने खिंची है प्यारी एन प्यारी खिंचे मुंडे ते कोला पाउन भी नंदा सत्तवार दीपता भी दा मेरे भीजे प्यार दर क्या गुरु मर के राजपूत वर्ग ना फट्टे जगते केलवर की जारी है संदीप ने की वर्ग प्रामाण सोल बरोड़े फरनल एक मुंडे भी कहने जारी है यारी कहने शैली वर्ग पर हमारे नाला अज कहते बिल्ला बिखर गया उधर ना भी जारी अपने बिखरी बाल तो खेल बाजार में सोनी सोनी पा देती है आ ग्यारह नंबर मुंडे ने रीढ़ की हड्डी पे लिखवाया है ग्यारह नंबर रीढ़ की हड्डी पे लिखवाया किसे गल करके लिया भी कला ग्यारह के बराबर है ला भी बिगड़ 200 दिया मित्रा इधर राज मलिक भाजी ने ऐलान कर दिता भी बिगड़ 200 दिया मित्रा विकट जारी 200 रुपए की विकट है भी गल पक्की है तेन देने मित्रा देने तो देने किसे गल करके है ये गल पक्की है और खेल मैदान च पाने लिए बॉल मुंडा कहने नब्बा सुते बॉल की धरती का भाजी बल्ले पर गलाने तगाने होनी तगाने होनी वाडी विकट का पता नब्बे ने मार दिता आ नब्बा बड़े दिमाग का खिलाड़ी है बड़ा दिमाग का खिलाड़ी है क्योंकि खेडा बिचो खेड खेड जिन्हों आखते क्रिकेट तो खेती नहीं आजादी खाते साग मित्रो खेड खेडन लिए आना पैदा दौर मित्रो क्रिकेट खेडन लिए आना पैदा दिमाग मित्रो ताकि कोई बाल नंबा सत्तों वाली का सीधा अगली बार इन्हें शोर जोर से नाम दसी रही की है आज ये नाम दसी रही है अमन 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 कहते तू बड़ा वाले अमन ने जाते होते हैं पर आ अमन मेरे लिए मोती नगर की धरती है और कहते चंडीगढ़ रोड पे दसा है नगर और मोती नगर वाला सामने पैदी वाल देते बड़ा ट्राई करते पैदी वाल हाय रब गंजिया 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 बॉल फर नब्बे वाले की झकता बॉल फर बॉलों पर फड़निया बड़िया बोला तो फड़निया बड़िया अगली बार फिर सामना कहते इसे अमन ने करना खब्बे अपना खिडारी है तो खब्बा गया दूजा आ गया इन्होंने खब्बे संभाल संभाल रखे है संभाल संभाल रखे एक खब्बा गया तो दूजा खब्बा आ गया एक खब्बा गया दूजा आ गया सत्तों वाले की बात लाओ सामने फिर मना चुप का बदल उधर कृष्ण 100 रुपए का सम्मान जोड़ा किया जा रहा अमित भाजी वालों वाडा मान सताड़ी का एक बजे जोर ना ताड़ी राजो भाजी 100 रुपए सम्मान जोड़ा किया गया वीर का और इस वे अमित भाजी वालों कृष्ण का सम्मान 100 रुपए लिया कहने अमन भी मोड़ दिता अगला बल्ले भाई का नाम जी जरूर दसी अपना शिवा आ गया शिवा लाओ शिवा आ गया शिवा शिवे और सारी गल थोड़े से खड़ी है मित्र सारी गल हम थोड़े से खड़ी है हम कप्तान ने 2 मोड़ दिते हैं कैप्टन भी है टीम का कहते कप्तान भी है यानी कप्तान तो सारी गल खड़ी है मित्र और सारी गल थो आप संभालनी पड़ी है आप संभालनी खड़ी है जिम्मे गीता के बिल हाँ हम तो गल सारी खड़ी खड़ी है सरपंची भी भजनों तेरे को भी गल सरपंची की खड़ी खड़ी है भजनों तेरे को इस वे खेड मैदान दसिए जी ओवर हो गया समाप्ति तो दसिए जी किन्ने रन 14 रन 2 ओवर 14 वाह नपया वाह नपया एक सोहनी बॉल मार दी भाजी 6 रन के ओवर लाया एक मुंडे ने छक्का आया सिर्फ कोई आया वो तो बिना 2 ओवर तो चोटी ने मोड़ दी वाह नपया वाह नपा किसे गल करके खिलाया भाजी ने किसे गल करके खिलाया इतने चर्चे वे इन्हें ग्राउंडा में बड़ा लंबा समा क्रिकेट खेती है इन्ना बड़ा लंबा समा क्रिकेट खेती है खेड के मैदान में 14 रन के ओवर की समाप्ति के बॉलर का नाम आप जरूर दसागे अभिषेक ने ओवर पाया अभिषेक अगला ओवर अभिषेक पाएगा तो सामने मेरे को कार्तिक आ गया लाओ मैडम जी कार्तिक सामने है इन्हें छक्के उत्ते 100 रुपए का मान रूपी मैडम ने किया मैडम कहने भी 100 रुपए मा 100 रुपए का छक्का होगा मित्रा 100 रुपए का 100 रुपए का छक्का होगा इस वे खेल मैदान के फील्डर पिछे है कीती ट्राई तो सरदार ने रोक दी बॉल तो खेल मैदान च 2 रन जरूर जुड़न गए लाओ यह छक्का 100 रुपए का होना है यदा एक छक्का 100 रुपए का होना मित्रा लाओ खेड के मैदान के कार्तिक सामना करेगा और खेड के मैदान पैदा बॉल अभिषेक के मुकाबला कार्तिक का आवे वीरियो और पैंती हुई बाल देते छक्का 100 रुपए का देने मेरे वीरियो तो मैडम रूपी जी कहते भी 100 रुपए का छक्का होगा 100 रुपए का छक्का होगा लाओ सामने अगली बाल उत्ते मुंडा फिर ट्राई करता फिर ट्राई करता उन्हें कार्तिक भी मोड़ता उन्हें कार्तिक भी मोड़ता उन्हें कार्तिक भी मोड़ता उन्हें 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 मोती नगर वाले मोड़ते हैं उन्हें मोती नगर वाले पाए मोड़ते हैं
ਜਿਵੇਂ ਕਿਸੇ ਗਰੀਬ ਜਾ ਕੇ ਜਵਾਨੀ ਮੋੜਦੀ ਹੈ। ਉਹਨੇ ਕਹਿੰਦੇ ਮੋਦੀ ਨਗਰ ਵਾਲੇ ਆਏ ਮੋੜਦੇ ਆ ਵੀ ਜਿਵੇਂ ਕਿਸੇ ਗਰੀਬ ਜਾ ਕੇ ਜਵਾਨੀ ਮੋੜਦੀ ਹੈ। ਇੱਕ ਆਉਂਦਾ ਇੱਕ ਜਾਂਦਾ, ਇੱਕ ਆਉਂਦਾ ਇੱਕ ਜਾਂਦਾ ਕਿ ਭੰਡਾ ਭੰਡਾਰੀਆ ਕਿੰਨਾ ਕੁ ਭਾਰ। ਇੱਕ ਮੁੱਠੀ ਚੱਕ ਲਾ ਦੂਜੀ ਪਿਆਰ ਵਾਲਾ ਕੰਮ ਹੋ ਗਿਆ, ਦੂਜੀ ਪਿਆਰ ਵਾਲਾ ਕੰਮ ਹੋ ਗਿਆ। ਮਦਨ ਲਾਓ ਸਾਹਮਣੇ ਖੇਡ ਕੇ ਮੈਦਾਨ ਦੀ ਅਭਿਸ਼ੇਕ ਨੇ ਕਰ ਦਿੱਤਾ। ਸ਼ੁਭ ਆ ਗਿਆ ਤੇ ਸ਼ੁਭਮ ਆ ਗਏ, ਸ਼ੁਭਮ ਆ ਗਿਆ ਮੇਰੇ ਵੀਰੇ ਸਾਹਮਣੇ, ਸ਼ੁਭ ਸ਼ੁਭਮ ਹੈ ਸ਼ੁਭਮ ਗਏ ਲਾਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਇੱਕ ਸੋਹਣੀ ਬਾਲ ਜਿਹੜੀ ਇਸ ਵੇਲੇ ਅਭਿਸ਼ੇਕ ਨੇ ਪਾਈ। ਹਾਂਜੀ ਲਾਓ ਜੀ, ਵਿਕਟ ਦੇ ਉੱਤੇ 100 ਰੁਪਇਆ ਤੇ ਛੱਕੇ ਤੇ 100 ਰੁਪਇਆ, ਵਿਕਟ ਤੇ 100 ਤੇ ਛੱਕੇ 100। ਮੈਡਮ ਰੂਪੀ ਜੀ ਮੈਡਮ ਪ੍ਰੀਤੀ ਜੀ ਲਾਓ ਸਾਹਮਣੇ 100 ਰੁਪਇਆ। ਮੈਡਮ ਜੀ ਨੇ ਜਿੰਨੇ ਵੀ ਲਾਇਆ ਪੈਸੇ ਸਾਰੇ ਪੂਰੇ ਹੋ ਗਏ, ਐਨ ਗੱਲਾਂ ਪੂਰੀ ਹੋਈਆਂ। ਘੱਟੋ ਘੱਟ ਰੁਪਇਆ ਮੇਰੇ ਸਾਰਾ ਫੇਰਦਾ ਨਹੀਂ, 4-5 ਹਜ਼ਾਰ ਦੇ ਬੰਦ ਦਾ ਹੋਣਾ। ਲਾਓ ਸਾਹਮਣੇ ਖੇਡ ਦੇ ਮੈਦਾਨ ਇੱਕ ਵੱਡੇ ਵਿਕਟ ਦਾ ਪਤਨ ਤੇ 100 ਰੁਪਏ ਦਾ ਸਨਮਾਨ ਜਿਹੜਾ ਮੁੰਡੇ ਤੋਂ ਕੀਤਾ ਜਾਣਾ, ਇੱਕ ਵੱਡੇ ਵਿਕਟ ਦਾ ਪਤਨ। ਅਗਲਾ ਬੱਲੇ ਬਾਈ ਦਾ ਨਾਮ ਦੱਸੋ ਕੌਣ? ਅਮਨ। ਲਓ ਜੀ ਰਾਜ ਭਾਈ ਨੇ ਜੀ ਗੱਲ ਦੱਸੀ ਆ, ਬੜੀ ਟਿਕਾਣੇ ਦੀ ਬੜੀ ਸ਼ੁਰੂ ਦੀ ਗੱਲ ਦੱਸੀ ਆ ਵੀ ਜਿਹੜੀ ਵੀ ਟੀਮਾਂ ਮੈਚ ਹੁੰਦੇ ਨੇ ਉਹ ਟੀਮ ਕਹਿੰਦੇ ਆਲ ਆਊਟ ਜ਼ਰੂਰ ਹੁੰਦੀ ਆ, ਆਲ ਆਊਟ ਜ਼ਰੂਰ ਹੁੰਦੀ ਆ, ਆਲ ਆਊਟ ਹੁੰਦੀ ਆ ਮੇਰੇ ਵੀਰੇ। ਇਸ ਵੇਲੇ ਖੇਡ ਮਨਾ ਕੇ ਮੰਨਣ ਵਾਲੇ 4-5 ਵਿਕਟਾਂ ਕਿੱਥੇ ਡਿੱਗ ਗਈਆਂ ਇਸ ਵੇਲੇ। ਲਵੀ ਨੌਜ ਮੈਨੂੰ ਵਿਕਟ 200 ਦੀ ਹੋਣੀ ਆ, ਅਭਿਸ਼ੇਕ ਖੇਚੋ ਤਿਆਰੀ ਤੇ ਨੀਰੂ ਮੈਡਮ ਮੈਨੂੰ 100, ਮੇਰਾ ਵੀ 300 ਦੀ ਵਿਕਟ ਹੋ ਗਈ ਆ, 300 ਦੀ ਮਿੱਤਰ ਵਿਕਟ ਦੀ 300 ਦੀ ਆ, ਆਹ ਵਿਕਟ 300 ਦੀ ਆ, ਗੱਲ ਨੋਟ ਰੱਖੀ, ਆਹ ਵਿਕਟ 300 ਦੀ ਆ, 300 ਦੀ ਆ, 300 ਰੁਪਏ ਦਿੱਤਾ ਜਾਣਾ ਵਿਕਟ ਤੇ, ਗੱਲ ਨੋਟ ਰੱਖੀ ਮਿੱਤਰਾ। ਅਭਿਸ਼ੇਕ ਦੀ ਬਾਲ ਤੇ ਸਾਹਮਣੇ ਮੈਨੂੰ ਲੱਗਦਾ ਸ਼ਿਵਾ ਸ਼ਿਵਾ ਦੀ ਵਿਕਟ ਜਿਹੜੀ ਉਹ ਕਿਦੂ ਆ ਤਾਂ 300 ਦੀ ਵਿਕਟ ਹੋਵੇਗੀ, 300 ਦੀ ਵਿਕਟ, 300 ਬੱਲੇ 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 ਕੀ ਬੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰਾ, ਚੜ ਕੇ ਦੇਖ ਜਵਾਰੇ ਹੋ ਗਿਆ ਕੀ ਮਿੱਤਰਾ, ਪੁੱਛਦੇ ਸੀ ਮੈਨੂੰ ਸਾਰੇ ਹੋ ਗਿਆ ਕੀ ਮਿੱਤਰਾ। ਹੋਣਾ ਕੀ ਆ ਬਾਈ ਜੀ, ਘਰ ਵਾਪਸੀ ਹੋ ਜਾਣੀ ਹੈ, ਇਹ ਗੱਲਾਂ ਟਿਕਾਣੇ ਹੈ, ਇਹ ਤਾਂ ਕਹਿੰਦੇ ਉਹੀ ਗੱਲ ਹੋ ਜਾਣੀ ਹੈ। ਲਓ ਜੀ 3 ਓਵਰ ਤੋਂ 17 ਰਨ ਹੋ ਗਏ ਆ, 3 ਓਵਰ ਤੋਂ 17 ਰਨ ਹੋ ਗਏ। ਲਾਗੂ ਮਿੱਤਰਾ ਜਾਂਦੇ ਵੇਲੇ ਆਪਣਾ ਸਨਮਾਨ ਜਿਹੜਾ ਜ਼ਰੂਰ ਪ੍ਰਾਪਤ ਕਰ ਲਓ, ਅਭਿਸ਼ੇਕ ਇੱਕ ਵੱਡੀ ਮੁਬਾਰਕਬਾਦ ਹੈ ਔਰ ਸਨਮਾਨ ਜਿਹੜੇ ਜ਼ਰੂਰ ਕਿਤੇ ਜਾਂਦੇ। ਲਾਓ ਸਾਹਮਣੇ ਪੱਗ, ਲਓ ਜੀ ਕੰਜੇ ਦੀ ਬਾਲ ਤੇ ਮੈਡਮ ਨੂੰ ਟਵੀਟ ਵੀ ਕਹਿੰਦੇ ਵੀ ਟਿਕਟ ਤੇ 500 ਤੇ 200 ਗੁਰਜਾਲ ਜੀ ਦਾ। ਲਓ ਜੀ ਰਾਜ ਸਰ ਜੀ 200 ਰੁਪਇਆ, 200 ਰੁਪਇਆ ਗੁਲਜਾਰ ਸਰ ਤੇ 500 ਪ੍ਰੀਤੀ ਮਹਾਰਾਜ ਜੀ, 900 ਰੁਪਏ ਦੀ ਵਿਕਟ ਗੱਜਿਆ, 900 ਦੀ ਵਿਕਟ ਆ, ਇਹਦੀ ਵਿਕਟ 900 ਦੀ ਆ, 900 ਹਾਏ ਰੱਬਾ ਹਾਏ ਰੱਬਾ, ਰਪੀਟ 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 ਆ ਜੀ। ਲਓ ਜੀ 200 ਰੁਪਏ ਰਾਜ ਸਰ, 200 ਰੁਪਏ ਗੁਲਜਾਰ ਸਰ ਤੇ 500 ਰੁਪਏ ਪ੍ਰੀਤੀ ਮਹਾਰਾਜ ਜੀ, 900 ਦੀ ਵਿਕਟ ਆ ਗੱਜਿਆ, ਮੌਕਾ ਨਹੀਂ ਮਿਲਦਾ ਹਜੇ ਦੁਬਾਰਾ, ਇਹੋ ਜਿਹਾ ਮੌਕਾ ਦੁਬਾਰਾ ਨਹੀਂ ਮਿਲਦਾ। ਖੂਜਰਾ ਜਿੰਨੇ ਖੂਜ ਹੁੰਦੇ ਆ, ਇਹ ਗੱਲਾਂ ਟਿਕਾਣੇ ਬਾਰ ਬਾਰ ਨਹੀਂ ਲੱਗਣੀਆਂ, ਬਾਰ ਬਾਰ ਨਹੀਂ ਲੱਗਣੀਆਂ, ਪੱਜੀ ਬਾਲ ਦੇ ਉੱਤੇ ਸਾਹਮਣੇ ਮਰਦੇ ਸ਼ੇਰ ਤੇ ਜ਼ਰੂਰ ਦੇਖਾਂਗੇ, ਇਸ ਵੇਲੇ ਸੋਹਣੀ ਬਾਲ ਕਰਦੇ ਨੇ ਬਾਦ ਕੱਚਾ ਕਦੇ ਕੱਚਾ ਫੇਰ ਭਾਈ ਪੱਕਾ ਕਰਤਾ ਵੀ 900 ਦੇ ਦੇਣਾ ਹੀ ਦੇਣਾ, ਪੱਕਾ ਕਰਤਾ ਵੀ 900 ਦੇਣਾ ਹੀ ਦੇਣਾ, 900 ਦੀ ਵਿਕਟ ਆ ਗੁਲਜਾਰ ਜੀ, 900 ਦੀ ਵਿਕਟ ਆ, 900 ਦੀ, 900 ਦੀ ਵਿਕਟ ਆ, 900 ਪੂਰੀ ਹਜ਼ਾਰ ਦੀ ਹੋ ਗਈ ਮਿੱਤਰਾ, 100 ਰੁਪਇਆ ਮਿੱਤਰ ਸਰਦਾ ਜੀ ਆ ਗਿਆ, ਪੂਰੀ ਹਜ਼ਾਰ ਦੀ, 1000 ਕਾਂਦੀ ਵਾਲੇ 2 ਰੋ ਦੇ, ਹਜ਼ਾਰ ਦੀ ਵਿਕਟ, ਹਜ਼ਾਰ ਦੀ ਵਿਗੜੀ ਛੱਡਦੀ ਜਿਹੜੀ ਮਿੱਤਰਾ, ਆ ਜਿਹੜੀ ਵਿਗੜ ਛੱਡਦੀ ਹਜ਼ਾਰ ਦੀ। ਲਾਓ ਕਹਿੰਦੇ ਦੱਸੀਏ ਰਿਸ਼ੀ ਕਿੰਨੀਆਂ ਰਹਿ ਗਈਆਂ,
समाप्ति की समाप्ति है, कोविड की समाप्ति है। मौका बहुत बनिया से, मौका गंजिया बहुत बनिया से। दसो भाई जी एक बार लगे जी ओवर हो गया, एक बार लेंदी है शुभम, शुभम हजार रुपए आने हजार रहती है भाई जी, रहती है सिद्धू मूसा है ना मुक्के आ रही, हले मुक्के आ रही, हले मुक्के आ रही, हले मुक्के आ रही। भाई जी फिर के मुंडा पर 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 गंजिया गंजिया मेहनत भी कमाइया देने से देने तो देने किसी गल कर गया, गल करके हजार है फिर दे देना, किसी गल करके देना, गल करके देना। लाओ सामने खेल बना के ओवर साथी, चार ओवर ही, चार ओवर ही, इतने तो गल टिकाने लगे नजर आ रही है। एक बाला तो भी घटराना है, पहला तो भी करना, चौबीस ओवर चो भी रन बढ़िया, चौबीस चो भी एक ओवर की बाकी है, कि पौना दसी ओवर सत्तम ने ओवर पौना, लाओ जी सत्तम ओवर पा हुआ इस बड़े खेल के बना दी सत्तम की गोल होगी। पैंती फुटबाल के सामने मुंडे ने सोहनी ट्राई की, सोहनी कोशिश की, पर रिया बोलों में मित्र रन तो बनाने पड़े हैं, घट्टो घट भी पैंती रन तो बनाने पड़े हैं कि जे मैच में बने रहना, नहीं तो नब्बे ने एक ओवर च मार देने, नब्बे ने पिछली बार जो पांच छह रन खेले ना चार छक्के एक च मारे हैं और कहते दुनिया ने जाई है। इस बड़े खेल के मैदान में देखेंगे रन जो एक दो की मार दिया, पर एक रन जो जरूर जुड़ते नजर आती है मेरे वीडियो, एक रन वो हो गया, बड़ा तकड़ा मैच है, बड़ा सिरे का मैच है, शाम के फिर हो चलिया। हाजी ऋषि भाई रकम का आया ना जो इशारा कर लगा लग पाया बैठ ना लगे उधर पैंती फुटबॉल होल्डर पिछे गंजा 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 आ बड़ा तेज आ कहते आ बड़ा दूजे की वार नहीं छड़ता, अपनी वार भावे छड़ दे पर दूजे की वार नहीं छड़ता, आ तो कहते कौन विकट टिकाने लगे छड़ता मेरे वीडियो कबड्डी विकट का पुत्र आ जी खिलाड़ी अगला। मैं पहला बेनती की तुम्हें भी पीजा बैट्समैन जरा वो लाइव वाले को खड़ जाएगा पांच रन की पेनाल्टी लगेगी। मैं टीमों को बेनती करता बी जी भी अगली टीमों का तीजा खिलाड़ी जोड़ा बैट्समैन हूँ ना वो लाइव वाले के कोल आए खड़ जाए, नहीं तो सीधे पांच रन की पेनाल्टी बाद में कोई गल सुनी नहीं जाएगी, नहीं तो तीन रन पंद्रह रह जाने तैयार की भरा होना बाकी ने जी बाद सुनवाई नहीं होनी, यह पहला अनाउंस किया गया। लाओ सामने खेल के मैदान बाल के मुझे सामने छोटी उम्र खिलाई वाडी विकेट का पतन किन विकेटा उड़ गए भाई दसू जरा हो गया आउट जी आउट भाजी कितनी विकेट है जी दसिए सत्त विकेट आज भी अगला खिलाड़ी जल्दी ना हो अगला खिलाड़ी जल्दी ना हो दो बल्ला बाकी है, दो बल्ला बाकी है, तीजा बैट्समैन ना ही आ जाए, तीजा बैट्समैन नेड़े आ जाए, दो बल्ला बाकी है जी, दो बल्ला बाकी है। लाओ सामने खेड मैदान चेकर होने के मेरे वीडियो एक बॉल बाकी है सेविंग की, एक जी सेविंग की बाकी है तो मुंडा पाउन भी तैयार पर तैयार, सत्तम की बॉल है आखिरी बॉल जी इनिंग की बॉल है आउट की, एक इनिंग की लास्ट बॉल है बहुत ही मुंडा तैयार हो तैयार। लाओ सामने खेड के मैदान में पैंती फुटबॉल के मुंडा सामना करता मेरे वीडियो, लाओ सामने इस वेले दसिए भाई जी तेई बने हैं तो चौबी का टारगेट है, तेई रन बन गया तो चौबी का टारगेट सैट हो आइए जी जल्दी के नाल मोदी नगर की टीम फील्ड सैट करिए, भी नब्बे चार छक्के की खेड है मित्रा पूरे चार छक्के की, तो चार छक्के पहले च मारता दूजे च मारता तीजे च मारता यह गलत टिकाने दिया और इस वेल चौबी रन का टारगेट तेई बने तो चौबी का टारगेट सैट हो जी। आइए जी टीम तो भी जल्दी देना आइए जी टीम मोती नगर की टीम जल्दी ना फुल सेट करो, मोती नगर की टीम शुरू भाई जल्दी ना फुल सेट करा ली, अगली टीम भी संपर्क कर लेना एक बार टॉस करा लेना, जिड़िया टीम के मुकाबले है वो भी टीम जो नेड़े हो जाने जिड़िया टीम का अगला मैच है ना वो भी टीम अपनी तैयारी खिंचन। लाओ सामने खेल के मैदान में तेई रन बने के चौबी का टारगेट है, एक वक्रे मान सम्मान जो खिलाड़ियों के जीते जाने हैं और अब कितने वे तौर पर खिलाड़ियों के सम्मान जो जीते जाने हैं। बोलोगे को है कि
दो बोलर तो है तो बैटमैन को कुछ पूछना ना तो बोले है ना आपने अच्छा आपने बॉल रगड़नी है ये पर दो बॉल रगड़ एक तो इनके पास सामने 23 रन की चौकी का टारगेट है विचार छक्के की खेड है मित्रा एक किन्ने च मुकदी है यह गल देखनी है किन्ने बॉलों च मुकदी है एक किन्निया बॉलों च पूरे कर दो गल तो इतने मुकनी है जित हार तो बड़ी हुई है पर मुकने किन्ने चाहे गल पक्की है भी दसना भी किन्ने च मुकने ठीक है जी कार्तिक ने बॉल मुड़े मन लगे कार्तिक ने सत्य अपने सामना करना इस वे नौजवान प्यार बर प्यार लाओ सामने पहले ओवर की पहली बॉल पाने कार्तिक प्यार बर प्यार सत्यम मेरे को सामना करेगा पंजी खुद आप 24 रन टारगेट पहली बॉल में पहली 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 भले 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 भाजी छे है चार 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 भी रह गए भी रह गए भी रह गए भी रह गए भी रन रह गए भी रन रह गए अगली बॉल में छक्का मारदा ना प्रीति मारा कहना 100 रुपए दे देंगे अगली बॉल से छक्का 100 रुपए का सत्यम खर्च प्यारे मित्र 100 रुपया राज भाजी।